ਸਸ਼ਿਕਾ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਇਸ ਵੀਡੀਓ ਵਿੱਚ ਕਲਾਸ 10 ਦੇ ਟਰਮ 2 ਦਾ ਸਮਾਜਿਕ ਸਿੱਖਿਆ ਦਾ ਸਿਲੇਬਸ ਅਤੇ ਪੇਪਰ ਪੈਟਰਨ ਡਿਸਕਸ ਕਰਾਂਗੀ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ કુલ 40 ਅੰਕ ਦਾ ਪੇਪਰ ਹੋਵੇਗਾ ਅਤੇ ਸਮਾਂ 2.5 ਘੰਟੇ ਦਾ ਰਹੇਗਾ ਸਭ ਤੋਂ ਪਹਿਲਾ ਭਾਗ ਊੜਾ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਵਿੱਚ 5 ਉਪ ਭਾਗ ਹਨ ਹਰੇਕ ਪ੍ਰਸ਼ਨ 1 ਅੰਕ ਦਾ ਹੈ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਭਾਗ ਊੜਾ ਟੋਟਲ 5 ਅੰਕ ਦਾ ਹੋਵੇਗਾ ਭਾਗ ਐੜਾ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਇਸ ਵਿੱਚ ਵੀ 5 ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ 2 ਅੰਕ ਦਾ ਹੋਵੇਗਾ ਹਰੇਕ ਪ੍ਰਸ਼ਨ ਦਾ ਉੱਤਰ ਪੰਜੀ ਤੋਂ 30 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ ਏ ਭਾਗ 10 ਨੰਬਰ ਦਾ ਰਹੇਗਾ ਭਾਗ ਈਡੀ ਵੱਡੇ ਉਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 3 ਵਿੱਚ 6 ਉਪ ਭਾਗ ਹੋਣਗੇ ਇਸ ਵਿੱਚ 6 ਪ੍ਰਸ਼ਨ ਹੋਣਗੇ ਜਿਨ੍ਹਾਂ ਵਿੱਚ ਹਰੇਕ ਪ੍ਰਸ਼ਨ 4 ਅੰਕ ਦਾ ਹੋਵੇਗਾ ਵਿਦਿਆਰਥੀਆਂ ਨੇ 6 ਪ੍ਰਸ਼ਨਾਂ ਵਿੱਚੋਂ ਕੋਈ 4 ਪ੍ਰਸ਼ਨ ਕਰਨੇ ਹੋਣਗੇ ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਜੋ ਭਾਗ ਈ ਡੀ ਹੈ ਉਹ 16 ਨੰਬਰ ਦਾ ਹੋਵੇਗਾ ਭਾਗ ਸ ਸਰੋਤ ਜਾਂ ਪੈਰਾ ਅਧਾਰਿਤ ਪ੍ਰਸ਼ਨ ਪ੍ਰਸ਼ਨ ਨੰਬਰ 4 ਵਿੱਚ ਤਿੰਨ ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ ਇੱਕ ਅੰਕ ਦਾ ਹੋਵੇਗਾ ਭਾਗ ਸ 3 ਅੰਕ ਦਾ ਹੋਵੇਗਾ ਨੈਕਸਟ ਭਾਗ ਹਾ ਪ੍ਰਸ਼ਨ ਨੰਬਰ 5 ਨਕਸ਼ੇ ਨਾਲ ਸੰਬੰਧਿਤ ਹੋਵੇਗਾ ਵਿਦਿਆਰਥੀਆਂ ਨੇ ਭਾਰਤ ਦੇ ਨਕਸ਼ੇ ਅਤੇ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ 8 ਵਿੱਚੋਂ 6 ਸਥਾਨ ਭਰਨੇ ਹੋਣਗੇ ਪਾਗ ਹਾ 6 ਅੰਕ ਦਾ ਰਹੇਗਾ ਇਸ ਤਰ੍ਹਾਂ ਟੋਟਲ 40 ਮਾਰਕਸ ਦਾ ਪੇਪਰ ਹੋਵੇਗਾ ਇਸ ਤੋਂ ਬਾਅਦ ਚੈਪਟਰ ਵਾਈਜ਼ ਵੰਡ ਤੁਸੀਂ ਦੇਖ ਸਕਦੇ ਹੋ ਇਸ ਪੀਡੀਐਫ ਦਾ ਲਿੰਕ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਵੇਗਾ ਤੇ ਇਹ ਟੈਲੀਗ੍ਰam ਚੈਨਲ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਸੋ ਤੁਸੀਂ ਟੈਲੀਗ੍ਰam ਜੁਆਇਨ ਕਰਕੇ ਮੇਰਾ ਚੈਨਲ ਜੁਆਇਨ ਕਰਕੇ ਪੀਡੀਐਫ ਦੇਖ ਸਕਦੇ ਹੋ ਕਿ ਕਿਹੜਾ ਚੈਪਟਰ ਕਿੰਨੇ ਮਾਰਕਸ ਦਾ ਆਵੇਗਾ ਸੋ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਵੇਗੀ ਤੋ ਇਸ ਵੀਡੀਓ ਨੂੰ ਵੱਤੋ ਵੱਤ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ